ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਟੀਵੀ 9 ਮੈਂ ਤੁਹਾਡਾ ਨਰਨ ਗਰਗ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਏਸ਼ੀਅਨ ਗੇਮਾਂ ਵਿੱਚੋਂ ਸਾਡੇ ਏਰੀਏ ਦੀ ਧੀ ਖੈਰੇ ਦੀ ਧੀ ਮੰਨ ਲਓ ਮੰਜੂ ਰਾਣੀ ਜੋ ਕਿ ਕਾਂਸੀ ਦਾ ਤਗਮਾ ਜਿੱਤ ਕੇ ਪਿੰਡ ਪਰਤ ਰਹੀ ਆ ਉਹਦੀ ਸਵਾਗਤ ਦੇ ਵਿੱਚ ਪਿੰਡ ਦੇ ਲੋਕ ਸਰਪੰਚ ਤੇ ਸ਼ਹਿਰ ਵਾਸੀ ਉਹਦੇ ਸਵਾਗਤ ਲਈ ਖੜੇ ਨੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਬਹੁਤ ਮਾਨ ਸਨਮਾਨ ਮਹਿਸੂਸ ਹੋ ਰਿਹਾ ਹੈ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਤੇ ਪਿੰਡ ਵਿੱਚੋਂ ਨਿਕਲ ਕੇ ਇੰਨੀ ਮਿਹਨਤ ਕਰਕੇ ਅੱਜ ਦੇਸ਼ ਦਾ ਨਾਂ ਬੇਟੀ ਰੋਸ਼ਨ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਮਾਣ ਹੈ ਇਲਾਕੇ ਵਾਸੀਆਂ ਨੂੰ ਤੇ ਆਉਣ ਵਾਲੀ ਜੋ ਨਸਲ ਹੈ ਉਹਨੂੰ ਨਸੀਹਤ ਵੀ ਹੈ ਵੀ ਅਸੀਂ ਵੀ ਮਿਹਨਤ ਕਰਕੇ ਅੱਗੇ ਜਾਈਏ ਮੈਡਲ ਲੈ ਕੇ ਆਈਏ ਦੇਸ਼ ਦਾ ਨਾਂ ਉੱਚਾ ਕਰੀਏ ਇਹ ਬੁਰਾਈਆਂ ਤੋਂ ਬਚਣ ਦਾ ਆਉਣ ਵਾਲੇ ਪੀੜ੍ਹੀ ਨੂੰ ਬਹੁਤ ਵਧੀਆ ਸੰਦੇਸ਼ ਹੈ ਸਭ ਤੋਂ ਪਹਿਲਾਂ ਤਾਂ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਿ ਇਹ ਵੱਡਾ ਜਿਹੜਾ ਹੈ ਖੁਸ਼ੀ ਦਾ ਮੌਕਾ ਇਸ ਇਲਾਕੇ ਦੇ ਲਈ ਅਤੇ ਇਸ ਦੇ ਲਈ ਸਮੂਹ ਪੱਤਰਕਾਰ ਭਾਈਚਾਰਾ ਲਗਾਤਾਰ ਜਦੋਂ ਤੋਂ ਮੰਜੂ ਰਾਣੀ ਅਤੇ ਦੂਸਰੇ ਦੇਸ਼ ਦੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਬਾਕੀ ਚਾਰ ਹੋਰ ਬੱਚਿਆਂ ਨੇ ਜਿਹੜਾ ਅੱਜ ਮਾਨਸਾ ਜ਼ਿਲ੍ਹੇ ਦਾ ਜਿਹੜਾ ਪਛੜੇਪਣ ਹੋਣ ਦਾ ਜਿਹੜਾ ਇਹ ਇੱਕ ਠੱਪਾ ਲੱਗਿਆ ਸੀ ਉਹਨੂੰ ਦੂਰ ਕੀਤਾ ਉਹਦੇ ਲਈ ਜਦੋਂ ਤੂੰ ਲਗਾਤਾਰ ਤੁਸੀਂ ਕਵਰੇਜ ਕਰ ਰਹੇ ਹੋ ਅਗਲੀ ਗੱਲ ਇਹ ਹੈ ਕਿ ਸਰਦੂਲਗੜ੍ਹ ਏਰੀਏ ਦੇ ਲਈ ਖਾਸ ਤੌਰ 'ਤੇ ਅਤੇ ਉਸ ਤੋਂ ਵੀ ਖਾਸ ਤੌਰ 'ਤੇ ਖੈਰਾ ਖੁਰਦ ਦਾ ਵੀ ਤੁਸੀਂ ਇਹਨਾਂ ਪਿੰਡਾਂ ਬਾਰੇ ਬਾਖੂਬੀ ਜਾਣਦੇ ਹੋ ਕਿ ਸੱਭਿਅਤਾ ਪੱਖੋਂ ਐਜੂਕੇਸ਼ਨ ਪੱਖੋਂ ਕੋਈ ਸਮਾਂ ਸੀ ਕਿ ਇਲਾਕਾ ਬਹੁਤ ਜ਼ਿਆਦਾ ਪਛੜਿਆ ਸੀ ਲੇਕਿਨ ਅੱਜ ਏਸ਼ੀਅਨ ਗੇਮਾਂ ਦੇ ਵਿੱਚ ਮੈਡਲ ਲੈ ਕੇ ਆਉਣਾ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ ਵੀ ਜਿੰਨੀ ਕੁ ਮੇਰੀ ਸਮਝ ਅੱਜ ਖੇਡਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਿਰਫ ਵਰਲਡ ਚੈਂਪੀਅਨਸ਼ਿਪ ਅਤੇ ਓਲੰਪਿਕ 'ਚ ਹੀ ਦੋ ਬਾਕੀ ਰਹਿੰਦੇ ਨੇ ਅਤੇ ਉਮੀਦ ਕਰਦੇ ਹਾਂ ਕਿ ਬੱਚੇ ਸਮੇਤ ਜਿਹੜੀ ਮੰਜੂਰ ਜਿਹੜੀ ਡਾਮਾ ਹੈ ਉਹਦੇ ਇਹ ਓਲੰਪਿਕਸ ਦੇ ਵਿੱਚ ਵੀ ਅਤੇ ਉਸ ਤੋਂ ਬਾਅਦ ਉਸਦੇ ਨਾਲ ਦੇ ਨਾਲ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਮੱਲਾਂ ਮਾਰ ਕੇ ਇਸੇ ਤਰ੍ਹਾਂ ਸਾਨੂੰ ਇੱਕ ਵਾਰ ਫਿਰ ਖੁਸ਼ੀ ਦਾ ਮੌਕਾ ਦੇਣਗੇ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਤਾਂ ਬੇਨਤੀ ਕਰਦਾ ਅਤੇ ਵੀ ਇੱਕ ਤਾਂ ਹੌਸਲਾ ਅਫਜਾਈ ਜਿੰਨੀ ਕੁ ਅਸੀਂ ਮੈਕਸੀਮਮ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹਾਂ ਦੂਸਰੀ ਗੱਲ ਸਰਕਾਰ ਪਾਸੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਖੇਡ ਪਾਲਿਸੀ ਦੇ ਅਧੀਨ ਜਿਵੇਂ ਕਿ ਸਾਡੇ ਮਾਨਯੋਗ ਖੇਡ ਮੰਤਰੀ ਮੀਤਿਆਰ ਜੀ ਨੇ ਕਿਹਾ ਕਿ ਇੱਕ ਤਾਂ ਇਹਨਾਂ ਦੀ ਸਰਵਿਸ ਦਾ ਮੋਰਓਵਰ ਜਿਹੜਾ ਬਾਅਦ ਦੇ ਵਿੱਚ ਕਮੇਟੀ ਦੇ ਜਿਹੜੀ ਇਹਨਾਂ ਦੀ ਕੈਬਨਿਟ ਦੀ ਬੈਠੇਗੀ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਨਗਦ ਰਾਸ਼ੀ ਕਿਉਂਕਿ ਕੁਝ ਪਲੇਅਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਹੈ ਲੇਕਿਨ ਅਸੀਂ ਕਿਉਂਕਿ ਪਿੰਡ ਵਾਸੀ ਹੋਣ ਕਰਕੇ ਮੰਜੂ ਰਾਣੀ ਬਾਰੇ ਜਿੰਨਾ ਕੁ ਜਾਣਦੇ ਹਾਂ ਬਹੁਤ ਔਖੀ ਪਰਿਸਥਿਤੀਆਂ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਆਈ ਯਾਨੀ ਲੋਕ ਮੰਜੂ ਦੇ ਡੈਡੀ ਨੂੰ ਮਜ਼ਾਕ ਤਾਂ ਨਹੀਂ ਕਰਦੇ ਸੀ ਪਰ ਇਹ ਗੱਲ ਕਹਿੰਦੇ ਕਿ ਤੇਰੀ ਬੇਟੀ ਹੁਣ ਫੌਜ ਦੇ ਵਿੱਚ ਨੌਕਰੀ ਲੱਗ ਗਈ ਅਸੀਂ ਤਾਂ ਸੁਣਿਆ ਕਿ ਫੌਜ ਦੇ ਵਿੱਚ ਨੌਕਰੀ ਲੱਗਣ ਤੋਂ ਬਾਅਦ ਬੱਚਾ ਤਨਖਾਹ ਘਰੇ ਦਿੰਦਾ ਆਪਦੇ ਪਰਿਵਾਰ ਪਾਲਦਾ ਤੇ ਉਹ ਹਰ ਮਹੀਨੇ 10,000 20,000 ਉਹਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਹੈਗਾ ਘਰੋਂ ਹੋਰ ਭੇਜਦਾ ਸੀਗਾ ਤੇ ਇਸ ਕਰਕੇ ਉਹ ਪਰਿਵਾਰ ਵੀ ਵਧਾਈ ਦਾ ਪਾਤਰ ਹੈ ਤੇ ਖਾਸ ਤੌਰ ਤੇ ਜਿਹੜੀਆਂ ਪਰਿਸਥਿਤੀਆਂ ਦੇ ਵਿੱਚ ਲੰਘ ਕੇ ਇਸ ਲੜਕੀ ਨੇ ਮੁਕਾਮ ਹਾਸਲ ਕੀਤਾ ਤੇ ਉਸਦੇ ਜਿਹੜਾ ਹੈਗਾ ਪਿਤਾ ਤੇ ਦੂਸਰੇ ਪਰਿਵਾਰ ਨੇ ਜਿਹੜਾ ਉਸਦਾ ਸਹਿਯੋਗ ਦਿੱਤਾ ਇਸ ਕਰਕੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਹੈਗਾ ਵਰਲਡ ਚੈਂਪੀਅਨਸ਼ਿਪ ਤੇ ਜਿਹੜੀ ਓਲੰਪਿਕਸ ਦੇ ਵਿੱਚ ਵੀ ਮੰਜੂ ਰਾਣੀ ਤੋਂ ਸਾਨੂੰ ਉਮੀਦ ਹੈ ਪੂਰੀ ਕਿ ਜਿਹੜੀ ਉਹਦੀ ਤਿਆਰੀ ਆ ਜਿਹੜਾ ਉਹਦਾ ਜਜ਼ਬਾ ਹੈ ਉਸ ਜਜ਼ਬੇ ਤੇ ਉਹ ਖਰਾ ਉਤਰੂਗੀ ਸੋ ਇੱਕ ਵਾਰ ਫਿਰ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਬਹੁਤ ਬਹੁਤ ਜੀ ਸਾਰੇ ਇਲਾਕੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰੇ ਪਿੰਡ ਦੇ ਲਈ ਜ਼ਿਲ੍ਹੇ ਦੇ ਲਈ ਉਸ ਤੋਂ ਬਾਅਦ ਪੰਜਾਬ ਤੋਂ ਲੈ ਕੇ ਤੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਉਸ ਕੁੜੀ ਨੇ ਮਤਲਬ ਕਿ ਵੀ ਪਿੰਡ ਦਾ ਤੇ ਸਾਰੇ ਇਲਾਕੇ ਦਾ ਨਾਂ ਰੋਸ਼ਨ ਕਰਿਆ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਮੈਂ ਸਾਰੇ ਹੀ ਜਿੰਨੇ ਪੰਜ ਆਪਣੇ ਜਿੱਤ ਕੇ ਆਏ ਨੇ ਮੈਡਲ ਲੈ ਕੇ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜ਼ਿਲ੍ਹੇ ਦੇ ਇੱਕ ਛੋਟੀ ਜਿਹੀ ਪਿੰਡ ਤੋਂ ਉੱਠ ਕੇ ਅੱਜ ਏਸ਼ੀਆਈ ਗੇਮਾਂ ਦੇ ਵਿੱਚ ਕਾਂਸੇ ਦਾ ਤਗਮਾ ਲੈ ਕੇ ਆਈ ਹੈ ਕਿਵੇਂ ਲੱਗ ਰਿਹਾ ਹੈ ਕੀ ਕਹਿਣਾ ਚਾਹੁੰਦੇ ਸਰ ਸਾਰਿਆਂ ਨੂੰ ਮੈਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਪਿੰਡ ਤੋਂ ਵਾਪਸ ਲੋਟੀ ਅਤੇ ਮੇਰਾ ਇੰਨਾ ਮਾਨ ਸਨਮਾਨ ਹੋ ਰਿਹਾ ਹੈ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਪਿੰਡ ਲਈ ਅਤੇ ਆਪਣੇ ਦੇਸ਼ ਲਈ ਅਤੇ ਆਪਣੇ ਪੰਜਾਬ ਅਤੇ ਆਪਣੇ ਮਾਨਸਾ ਡਿਸਟ੍ਰਿਕਟ ਲਈ ਮੈਡਲ ਲੈ ਕੇ ਆਈ ਹਾਂ ਅਤੇ ਮੇਰੇ ਭੈਣਾਂ ਦੀ ਮੈਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਅੱਜ ਜੇ ਗੱਲ ਕਰੀਏ ਇਸ ਜਿਹੜੀ ਤੁਹਾਡੀ ਕਾਮਯਾਬੀ ਆ ਉਹਦੇ ਪਿੱਛੇ ਹੱਥ ਕਿਹਦਾ ਲਗਵਾਉਂਦੇ ਹੋ ਕਿ ਮੇਰੇ ਸਾਰੇ
ਪੈਣਾ ਵੀਰਾਂ ਦਾ ਗੋਡਿੰਗ ਬਲੈਸ ਹੈ ਬਲੈਸਿੰਗ ਹੈ ਉਹਨਾਂ ਨੇ ਮੇਰੇ ਲਈ ਇੰਨੀ ਦੁਆ ਕੀਤੀ ਕਿ ਮੈਂ ਜਦੋਂ ਨੈਸ਼ਨਲ ਰਿਕਾਰਡ ਬਣਾ ਕੇ ਆਈ ਸੀ ਇਹਨਾਂ ਨੇ ਉਦੋਂ ਵੀ ਮੇਰਾ ਬਹੁਤ ਵਧੀਆ ਸਵਾਗਤ ਕੀਤਾ ਸੀ ਅਤੇ ਮੇਰਾ ਮਤਲਬ ਗੋਡ ਬਲੈਸਿੰਗ ਮੇਰੇ ਪਾਪਾ ਮੇਰੇ ਬਹੁਤ ਸਟਰਗਲ ਦੇ ਨਾਲ ਮੇਰੇ ਰਹੇ ਨੇ ਅਤੇ ਮੇਰੇ ਕੋਚ ਪ੍ਰਿਤਪਾਲ ਕੌਰ ਮਾਰੂ ਜਿਹੜੇ ਹੁਣ ਮੈਂ ਬਾਦਲ ਸਾਈਂ ਦੇ ਵਿੱਚ ਸੀ ਉਹਨਾਂ ਦਾ ਸਾਰਿਆਂ ਤੋਂ ਪਹਿਲਾਂ ਮੇਰੇ ਲਾਈਫ ਦੇ ਨਾਲ ਬਹੁਤ ਟੈਚਿੰਗ ਹੈ ਅਤੇ ਮੇਰੇ ਪਾਪਾ ਨੇ ਮੈਨੂੰ ਬਹੁਤ ਇੰਨਾ ਵੱਡਾ ਅਚੀਵ ਕਰਾਉਣ ਲਈ ਦੇ ਲਈ ਮੇਰੇ ਪਾਪਾ ਮੇਰੇ ਬਹੁਤ ਸਪੋਰਟਡ ਨੇ ਤੁਸੀਂ ਐਂ ਦੱਸੋ ਜੀ ਇੱਕ ਜਿਵੇਂ ਤੁਸੀਂ ਜੋਬ ਕਰਦੇ ਹੋ ਜੋਬ ਤੋਂ ਬਾਅਦ ਵੀ ਖੇਡ ਜਾਰੀ ਰੱਖੀ ਉਹਦੇ ਲਈ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕਡਾਊਨ ਹੋ ਗਿਆ ਸੀ ਤਾਂ ਮੈਨੂੰ ਡਿਊਟੀ 'ਤੇ ਵੀ ਜਾਣਾ ਪਿਆ ਸੀ ਕਿ ਮੈਂ 2 ਸਾਲ ਆਪਣੀ ਡਿਊਟੀ ਵੀ ਕੀਤੀ ਹੈ ਉਸ ਤੋਂ ਬਾਅਦ ਕੋਈ ਕੰਪੀਟੀਸ਼ਨ ਨਹੀਂ ਸੀ ਤਾਂ ਮੈਨੂੰ ਡਿਊਟੀ ਵੀ ਕਰਨੀ ਪਈ ਉਸ ਟਾਈਮ ਉਸ ਦੇ ਨਾਲ ਹੀ ਮੈਂ ਡਿਊਟੀ ਦੇ ਨਾਲ ਨਾਲ ਹੀ ਆਪਣੀ ਪ੍ਰੈਕਟਿਸ ਜਾਰੀ ਰੱਖੀ ਸੀ ਕਿਉਂਕਿ ਮੇਰਾ ਗੋਲ ਅੱਗੇ 2023 ਦੇ ਵਿੱਚ ਰੇਸ ਏਸ਼ੀਅਨ ਗੇਮਾਂ ਸੀ ਉਹਦਾ ਸੀ ਇਸ ਕਰਕੇ ਮੈਂ ਮੇਰੀ ਮਿਹਨਤ ਕਦੇ ਵੀ ਨਹੀਂ ਛੱਡੀ ਚਾਹੇ ਮੈਨੂੰ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਹੁਣ ਮੰਜੂ ਰਾਣੀ ਦਾ ਅਗਲਾ ਲਕਸ਼ ਜਿਹੜਾ ਉਹ ਕੀ ਹੋਊਗਾ ਮੇਰਾ ਅਕਸ਼ ਲਕਸ਼ ਓਲੰਪਿਕਸ ਹੈ ਕਿ ਮੈਂ ਓਲੰਪਿਕਸ ਦੇ ਵਿੱਚ ਜਾਵਾਂ ਅਤੇ ਆਪਣੇ ਦੇਸ਼ ਦੇ ਆਪਣੇ ਮਾਨਸਾ ਦੇ ਲਈ ਮੈਡਲ ਲੈ ਕੇ ਆਵਾਂ ਅਤੇ ਵਧੀਆ ਅਚੀਵਮੈਂਟ ਲੈਣ ਨਾਲ ਮੈਂ ਦੁਬਾਰਾ ਵਾਪਸ ਆਪਣੇ ਪੰਜਾਬ ਦੇ ਵਿੱਚ ਹੋਵਾਂ ਜਿਵੇਂ ਤੁਸੀਂ ਹੁਣ ਸੰਘਰਸ਼ ਲੜ ਕੇ ਇੱਥੋਂ ਤੱਕ ਪਹੁੰਚੇ ਹੋ ਤਾਂ ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਜੀ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਮੇਰੇ ਫਾਦਰ ਸਾਹਿਬ ਮੈਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਕੇ ਉਹਨਾਂ ਨੇ ਮੈਨੂੰ ਭੇਜਿਆ ਸੀ ਜਦੋਂ ਮੈਂ ਗਈ ਸੀ ਉਹਨਾਂ ਘਰ ਦੀ ਕੰਡੀਸ਼ਨ ਇੰਨੀ ਠੀਕ ਨਹੀਂ ਸੀ ਕਿ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਟ੍ਰੇਨਿੰਗ ਕਰਾਂ ਕਿਉਂਕਿ ਮੈਂ ਜਦੋਂ ਵੀ ਸਟਾਰਟ ਕੀਤਾ ਹੈ ਮੈਂ ਟ੍ਰੇਨਿੰਗ ਸੈਂਟਰ ਮੈਂ ਗੌਰਮੈਂਟ ਦੇ ਵਿੱਚ ਅੰਡਰ ਰਹਿ ਕੇ ਕੀਤਾ ਹੈ ਕਿਉਂਕਿ ਮੇਰੇ ਪਾਪਾ ਨੇ ਆਪਣਾ ਮਤਲਬ ਜਿਹੜੀ ਜ਼ਮੀਨ ਸੀ ਉਹ ਵੀ ਮੇਰੇ ਲਈ ਗਹਿਣੇ ਰੱਖਤੀ ਸੀ ਕਿਉਂਕਿ ਮੇਰਾ ਖਰਚਾ ਹੈ ਜਿਹੜਾ ਬਹੁਤ ਜ਼ਿਆਦਾ ਸੀ ਕਿਉਂਕਿ ਇੱਕ ਅਥਲੈਟਿਕਸ ਇਹੋ ਜਿਹਾ ਇਵੈਂਟ ਹੈ ਕਿ ਇੱਕ ਕੰਪੀਟੀਸ਼ਨ ਦੀ ਤਿਆਰੀ ਲਈ ਮੈਨੂੰ 4-4 ਲੱਖ ਰੁਪਇਆ ਵੀ ਲਾਉਣਾ ਪੈ ਸਕਦਾ ਹੈ ਅਤੇ ਮੈਂ ਲਾਇਆ ਵੀ ਹੈ ਆਪਣਾ ਖੁਦ ਦਾ ਪਰਸਨਲ ਲੋਨ ਵੀ ਲਿਆ ਹੈ ਉਹਦੇ ਨਾਲ ਉਹਦੇ ਲਈ ਕਿਉਂਕਿ ਮੇਰਾ ਏਸ਼ੀਅਨ ਗੇਮਾਂ ਦਾ ਟਾਰਗੇਟ ਸੀ ਕਿ ਮੈਂ ਮੈਡਲ ਲੈ ਕੇ ਆਵਾਂ ਅਤੇ ਮੈਂ ਬਹੁਤ ਵਧੀਆ ਕਰਾਂ ਹੁਣ ਅਸੀਂ ਪਹੁੰਚੇ ਹਾਂ ਬੱਸ ਸਟੈਂਡ ਸਦੂਗੜ੍ਹ ਵਿਖੇ ਜਿੱਥੇ ਕਿ ਸਾਡੇ ਮਾਰਕੀਟ ਯੂਨੀਅਨ ਦੇ ਪ੍ਰਧਾਨ ਸਾਡੇ ਖੜੇ ਨੇ ਆਪਾਂ ਸਵਾਗਤ ਲਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਹੁਣ ਮੰਜੂ ਰਾਣੀ ਜੀ ਇੱਥੇ ਪਹੁੰਚ ਰਹੇ ਹਾਂ ਤੁਸੀਂ ਉਹਨਾਂ ਦੇ ਸਵਾਗਤ ਲਈ ਖੜੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਸਾਡੇ ਹਲਕੇ ਦਾ ਮਾਣ ਮੰਜੂ ਰਾਣੀ ਦੇ ਪਹੁੰਚਣ ਤੇ ਜੀ ਆਇਆ ਕਹਿੰਦੇ ਹਾਂ ਪੂਰੇ ਸ਼ਹਿਰ ਵੱਲੋਂ ਪੂਰੀ ਸਾਡੀ ਯੂਨੀਅਨ ਵੱਲੋਂ ਤੇ ਸਾਨੂੰ ਬਹੁਤ ਮਾਣ ਹੈ ਉਹ ਇਹ ਮੈਡਲ ਲੈ ਗਏ ਹੈ ਪੂਰੇ ਇੰਡੀਆ ਵਾਸਤੇ ਪੰਜਾਬ ਵਾਸਤੇ ਸਾਡੇ ਇਲਾਕੇ ਵਾਸਤੇ ਖਾਸ ਕਰਕੇ ਬੱਚੇ ਇਸ ਤੋਂ ਕੁਝ ਸਿੱਖਣ ਹੈ ਅੱਗੇ ਆਉਣ ਵਾਲੀ ਪੀੜ੍ਹੀਆਂ ਨਸ਼ੇ ਤੋਂ ਬਚੇ ਤੇ ਖੇਡਾਂ ਵੱਲ ਧਿਆਨ ਦੇਣ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇੱਧਰ ਖੇਡਾਂ ਵੱਲ ਬੱਚਿਆਂ ਨੂੰ ਲਾਇਆ ਜਾਵੇ